ਗਾਉਂਦੇ ਹੋ 60 ਸਾਲ ਹੋ ਗਏ ਮੈਨੂੰ ਗਾਇਆ ਇੰਡਸਟਰੀ 'ਚ ਬਹੁਤਾ ਨਹੀਂ, ਤੁਹਾਡੇ ਭਰਾ ਨੇ ਉੱਥੇ ਰੱਜ ਕੇ ਗੱਜ ਕੇ ਕੰਮ ਕੀਤਾ ਹੈ, ਜਾਣੀ ਉੱਥੇ ਦੀ ਖੇਤੀ 'ਚ ਮੈਂ ਚੰਗਾ ਟਰੈਕਟਰ ਖੜਾ ਕੇ ਆਇਆ ਅਤੇ ਮੈਂ ਪਰ ਇਹ ਧਰਤੀ ਆਪਣੀ ਮਾਂ ਨੂੰ ਆਪਣੇ ਬੇਬੇ ਨੂੰ ਬੋਲ ਨਹੀਂ ਸਕਦਾ। ਮੈਂ ਸਾਹਨੇਵਾਲ, ਸਾਡਾ ਜੱਦੀ ਪਿੰਡ ਆ, ਸਾਹਨੇਵਾਲ ਨੇ ਸਾਨੂੰ ਗੋਦ ਲੈ ਲਿਆ ਸੀ, ਮੇਰੇ ਪਿਤਾ ਜੀ ਦੀ ਟ੍ਰਾਂਸਫਰ ਨਹੀਂ ਹੋਣ ਦਿੰਦੇ ਸੀ ਅਤੇ ਉਹਨਾਂ ਦੀ ਕੋਈ 27 ਰੁਪਏ ਤਨਖਾਹ ਹੁੰਦੀ ਸੀ, ਡਾਂਗੋ ਤੋਂ ਸਾਡੇ ਪੱਠੇ ਆ ਜਾਂਦੇ ਅਤੇ ਉਹਦੇ 'ਚ ਵੀ ਸਾਡੇ ਪਿਤਾ ਜੀ ਨੇ ਸਾਨੂੰ ਬੜੇ ਲਾਡ ਚਾਲ ਪਿਆਰ ਨਾਲ ਪਾਇਆ। ਬਾਕੀ ਇਹ ਜ਼ਮੀਨ ਨੇ ਮੈਨੂੰ ਬਹੁਤ ਕੁਛ ਦਿੱਤਾ, ਇਹ ਜ਼ਮੀਨ 'ਤੇ ਮੈਂ ਡੰਗਰ ਵਿੱਚ ਆ ਰਿਹਾ ਬੱਚੋ। ਉਹਨਾਂ ਦਿਨਾਂ 'ਚ ਬਿਜਲੀ ਨਹੀਂ ਸੀ, ਚਰੀ ਦੇ ਕੁਤਰੇ ਵੀ ਕੀਤੇ ਆ ਜਿਹਦੇ ਮੈਂ ਡੱਕਰੋਂ ਚੂਸਦਾ ਰਹਿੰਦਾ ਸੀ, ਨਾਲੇ ਕੁਤਰਾ ਕਰਦਾ ਰਹਿੰਦਾ ਸੀ। ਮੈਂ ਇੱਥੇ ਦੇ ਕਣ ਕਣ ਦਾ ਵਾਕਫ ਹਾਂ, ਮੈਂ ਇੱਥੇ ਜੰਮਿਆ ਹੈ, ਮੇਰੀ ਬੇਬੇ ਜਾ ਕਿਹਾ ਤਾਂ ਬੇਬੇ ਹੀ ਹੈ ਮੇਰੀ। ਇਹ ਬੇਬੇ ਨੇ ਮੈਨੂੰ ਸਜਾ ਕੇ ਸੰਵਾਰ ਕੇ ਲੋਹਾ ਬਣਾ ਕੇ ਮਹਾਰਾਸ਼ਟਰ ਮਾਂ ਕੋਲ ਕਰ ਲਿਆ, ਉਹ ਮਹਾਰਾਸ਼ਟਰ ਮਾਂ ਨੇ ਵੀ ਮੈਂ ਆਪਣੇ ਸੀਨੇ ਲਾ ਲਿਆ, ਉੱਥੇ ਵੀ ਰੱਜ ਕੇ ਪਿਆਰ ਮਿਲਿਆ ਮੈਨੂੰ। ਬੜਾ ਸੋਹਣਾ ਸਭ ਕੁਛ ਚੱਲਦਾ ਸੀ, ਫਿਲਮਾਂ ਹੀ ਫਿਲਮਾਂ ਦੇ ਬਾਰੇ ਜਾਂ ਖੇਤੀ ਜਾਂ ਫਿਲਮਾਂ ਖੇਤੀ ਫਿਲਮਾਂ ਹੀ ਸਾਡਾ ਮਤਲਬ ਸਾਡੀ ਜ਼ਿੰਦਗੀ ਸੀ। ਅਚਾਨਕ ਕਰਵਟ ਲਈ ਮੁਕੱਦਰ ਨੇ, ਯਾਨੀ ਇਸ ਸਿਆਸਤ ਨੇ ਕੋਡੀਰਾਈ ਕੈਂਚੀ ਮਾਰੀ, ਅਸੀਂ ਥੋੜ੍ਹੇ ਹਿੱਲ ਗਏ ਆ ਵੀ ਇਹ ਕਿੱਥੇ ਜਾਣਾ, ਸਾਨੂੰ ਕੱਖ ਪਤਾ ਨਹੀਂ ਸੀ। ਪਰ ਨਹੀਂ ਵੇ ਮੁਕੱਦਰ ਹੀ ਹੁੰਦਾ, ਉੱਥੇ ਲੈ ਗਿਆ ਬੀਕਾਨੇਰ, ਉੱਥੇ ਹੁਣ ਆਏ ਮਨਿਸਟਰ ਸਾਹਿਬ। ਮੈਂ ਹਰ ਜਰਨਲਿਸਟ ਭਰਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਉੱਥੇ ਜਾ ਕੇ ਪਤਾ ਕਰੋ ਕਿ ਜਿਹੜਾ ਕੰਮ 50 ਸਾਲ ਤੋਂ ਨਹੀਂ ਸੀ ਹੋਇਆ ਉਹ ਮੈਂ 50 ਸਾਲਾਂ 'ਚ ਕਰਾ ਕੇ ਆਇਆ। ਉੱਥੇ ਦੀਆਂ ਪ੍ਰੋਬਲਮਾਂ 50 ਸਾਲਾਂ 'ਚ ਕਰੀਆਂ, ਉੱਥੇ ਉਸ ਜਗ੍ਹਾ ਨੂੰ ਜਿੱਤਿਆ ਨਹੀਂ ਸੀ ਕੋਈ, 50 ਸਾਲ ਨਹੀਂ ਸੀ ਜਿੱਤ ਸਕਿਆ, ਇਹ ਜੱਟ ਨੇ ਜਾ ਕੇ ਤੋੜਤੀ। ਮੇਰੇ ਜਾਣ ਨਾਲ ਉੱਥੇ 26 ਜਾਂ 21 ਸੀਟਾਂ ਹੋਰ ਆ ਗਈਆਂ ਹਰ ਜਗ੍ਹਾ ਲੈ ਜਾਂਦੀ ਸੀ। ਮੈਂ ਚਲੋ ਜੀ ਹੁਣ ਆ ਗਿਆ ਤਾਂ ਆ ਗਿਆ, ਲੱਭੋ ਵਕੀਲ ਲੈ ਚੱਲੋ। ਅਤੇ ਖੈਰ ਉੱਥੇ ਘੁੰਮੇ ਜੀ, ਕੰਮ ਕੀਤਾ, ਸੇਵਾ ਕੀਤੀ, ਅਤੇ ਫਿਰ ਮੈਂ ਪਿਆਰ ਤਾਂ ਫਿਲਮਾਂ ਨਾਲ ਇਸ਼ਕ ਹੈ ਮੇਰਾ, ਉਹਦਾ ਮੈਂ ਦੀਵਾਨਾ, ਇਹ ਮੇਰਾ ਫਰਜ਼ ਹੈ। ਦੀਵਾਨਗੀ 'ਚ ਮੈਂ 2004 'ਚ ਇਲੈਕਸ਼ਨ ਵੀ ਜਿੱਤਿਆ ਅਤੇ ਫਿਲਮ ਆਪਣੇ ਵੀ ਬਣਾਈ ਸੀ, ਦੇਖੀ ਹੋਣੀ ਆਪਣੇ ਤੁਸੀਂ, ਨਹੀਂ ਦੇਖੀ ਤਾਂ ਦੇਖਿਓ, ਬੜੀ ਅਕਲ ਦੀ ਪਿਕਚਰ ਹੈ, ਬੜੀ ਮੁਹੱਬਤ ਵਾਲੀ ਪਿਕਚਰ ਹੈ, ਬੱਚਿਆਂ ਦੀ ਫਿਲਮ। ਹੁਣ ਸਡਨਲੀ ਸਾਡੇ ਸਨੀ ਨੂੰ ਵੀ ਕਈ ਕੈਂਚੀ ਪੈ ਗਈ, ਕਹਿੰਦਾ ਪਾਪਾ ਕੀ ਕਰਾਂ, ਮੈਂ ਕਿਹਾ ਜੇ ਫਾੜੇ ਵੱਲ ਨੂੰ ਨੱਠ ਸਕਦਾ ਨੱਠ ਲਾ, ਜੇ ਨਾ ਨੱਠ ਸਕੇ ਚੱਲ ਪਾਵਾਂਗੇ। ਅਸੀਂ ਕਰਨਾ ਸੀ, ਉਹਨਾਂ ਨੂੰ ਪਤਾ ਸੀ ਮੈਂ ਕਰਨਾ, ਕਿ ਉਹਨਾਂ ਨੂੰ ਪਤਾ ਵੀ ਕੌਣ ਬੰਦਾ ਕੀ ਹੈ, ਅਸੀਂ ਰੱਬ ਦੇ ਨੇਕ ਬੰਦੇ ਹਾਂ, ਸਾਨੂੰ ਨਾ ਸੱਤਾ ਚਾਹੀਦੀ ਹੈ ਨਾ ਸੰਪੱਤੀ ਚਾਹੀਦੀ ਹੈ, ਸਾਨੂੰ ਤਾਂ ਰੱਬ ਨੇ ਦਿੱਤਾ ਬਹੁਤ ਕੁਛ, ਅਸੀਂ ਉਹਦੇ ਸਬਰ 'ਚ ਰਹਿੰਦੇ ਹਾਂ। ਸਾਡੀ ਉਸ ਇੰਡਸਟਰੀ 'ਚ ਵੀ ਬੜਾ ਬੜਾ ਪੋਲੀਟਿਕਸ ਚੱਲਦਾ, ਦੁਕਾਨਦਾਰੀਆਂ ਹੋ ਗਈਆਂ,
ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ। ਮੈਂ ਕਿਹਾ ਬਾਜੀ ਚਲੋ ਯਾਰ, ਮੈਂ ਤੁਹਾਡਾ ਪਿੱਛਾ ਨਹੀਂ ਛੱਡਦਾ। ਕਈ ਲੋਕਾਂ ਨੇ ਕੋਈ ਨੰਬਰ ਵਨ ਕੋਈ ਟੂ ਹੋ ਗਿਆ, ਪਰ ਧਰਮਿੰਦਰ ਆਪਣਾ ਚੱਲਦਾ ਹੀ ਰਿਹਾ, ਚੱਲਦਾ ਰਿਹਾ ਤੁਹਾਡੇ ਪਿਆਰ ਨਾਲ, ਤੁਹਾਡੀਆਂ ਦੁਆਵਾਂ ਨਾਲ। ਹੁਣ ਬੱਚਿਆਂ ਲੋਕਾਂ ਨੇ, ਮੇਰੇ ਵੀਰਾਂ ਨੇ, ਭਰਾਵਾਂ ਨੇ ਬਹੁਤ ਕੁਛ ਕਹਿਤਾ ਸਨੀ ਲਈ, ਮੇਰੇ ਲਈ। ਮੈਂ ਜ਼ਿਆਦਾ ਲੰਬਾ ਨਹੀਂ ਖਿੱਚੂੰਗਾ। ਤੁਸੀਂ ਅਸੀਂ ਹੁਣ ਇਲੈਕਸ਼ਨ ਲੜਨੇ ਨੇ, ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ। ਤੁਹਾਡੇ ਬਗੈਰ ਅਸੀਂ ਡਿੰਗ ਨਹੀਂ ਪੱਟ ਸਕਦੇ, ਸੱਚੀ ਗੱਲ ਦੱਸਦੇ। ਜੇ ਤੁਸੀਂ ਨਾਲ ਜੁੜ ਜੂਗੇ, ਫਤਿਹ ਬੁਲਾ ਦੇਵਾਂਗੇ ਔਰ ਰੱਜ ਕੇ ਸੇਵਾ ਕਰਾਂਗੇ ਤੁਹਾਡੀ। ਦੁਨੀਆ ਭਰ ਚ ਪਤਾ ਲੱਗੇਗਾ ਕਿ ਗੁਰਦਾਸਪੁਰ ਇੱਕ ਧਰਮਿੰਦਰ ਦਾ ਪੁੱਤਰ ਸਨੀ ਦਿਓਲ ਨੇ ਵੀ ਥੋੜੇ ਸਾਲ ਲੈ ਕੇ ਆਇਆ। ਸੈਂਟਰ ਤਾਂ ਆਪਣਾ ਹੋ ਕੇ ਕੰਮ, ਮੈਂ ਤਾਂ ਇੱਥੋਂ ਵੀ ਕੰਮ ਕਰਾ ਲੂੰ ਸਟੇਟ ਤੋਂ, ਮੈਨੂੰ ਆਪਦੇ ਕੰਮ ਕਿਉਂ ਕਢਾਉਣਾ। ਮੈਂ ਹਰ ਜਗ੍ਹਾ ਚਲਾ ਜਾਂਦਾ ਵੀ ਸਾਨੂੰ ਆਹ ਚਾਹੀਦਾ, ਔਰ ਮੈਨੂੰ ਨਾ ਨਹੀਂ ਕਰਦੇ, ਪਤਾ ਨਹੀਂ ਰੱਬ ਦੀ ਕੀ ਦੇਣਾ। ਇਹ ਸ਼ਕਲ 'ਤੇ ਕੀ ਲਿਖਿਆ ਉਹ ਨਾਲ ਜੁੜ ਜਾਂਦਾ। ਪਿਆਰ ਕਰਨਾ ਸਭ ਨੂੰ, ਪਿਆਰ ਦਾ ਥੋੜ੍ਹਾ ਜਿਹਾ ਲੁਟੇਰਾ ਥੋੜ੍ਹਾ ਜਿਹਾ। ਅਤੇ ਹੁਣ ਫਿਰ ਇੱਕ ਵਾਰੀ ਮੈਂ ਤੁਹਾਨੂੰ ਇਹ ਕਹਾਂਗਾ ਕਿ ਸਨੀ ਨੂੰ ਜਿਤਾ ਸਕਦੇ ਹੋ ਤਾਂ ਮੇਰੇ ਵੀਰੋ, ਮੇਰੇ ਭਾਈਓ, ਇੱਕ ਵਾਰੀ ਕਹੋ ਕਿ ਸਨੀ ਦੀ ਜਿੱਤ ਤੁਹਾਡੇ ਆਪਣੇ ਹੱਥ ਖੜੇ ਕਰ ਦਿਓ। ਸਨੀ ਦੇ, ਸਨੀ ਦੇ, ਸਨੀ ਦੇ, ਸਨੀ ਦੀ ਜਿੱਤ ਤੁਹਾਡੀ ਜਿੱਤ ਹੈ। ਤੁਹਾਡੀ ਜਿੱਤ ਨੂੰ ਮੈਂ ਤੁਹਾਡਾ ਇਨਾਮ ਲੈ ਕੇ ਦਿਆਂਗਾ, ਇੱਕ ਇੱਕ ਪਾਈ ਚੁਕਾਵਾਂਗਾ ਤੁਹਾਡੀ, ਤੁਹਾਡੇ ਪਿਆਰ ਦੀ। ਮੈਂ ਭਾਸ਼ਣ ਕਰਨ ਆਇਆ ਸੀ, ਤੁਹਾਡੇ ਨਾਲ ਗੱਲਾਂ ਕਰਨ ਆਇਆ ਸੀ। ਇਹ ਭਾਸ਼ਣ ਨਹੀਂ ਸਭ ਕਰ ਰਿਹਾ, ਇਹ ਗੱਲਾਂ ਕਰਦੇ ਹਾਂ ਤੁਹਾਡੇ ਨਾਲ। ਦਿੰਦੀਆਂ ਚਰੀ ਕੀ ਹੁੰਦੀ ਹੈ, ਟੋਕੇ ਕੀ ਹੁੰਦੇ ਆ, ਇਹ ਤੁਹਾਡੇ ਨਾਲ ਗੱਲਾਂ ਹੀ ਕਰ ਰਿਹਾ। ਮੇਰੇ ਵੀਰੋ, ਜਿਉਂਦੇ ਰਹੋ, ਰੱਜ ਕੇ ਪਿਆਰ ਮਿਲਦੇ ਰਹਾਂਗੇ। ਅਸੀਂ ਦੋ ਸਾਈਡ ਇੱਥੇ ਅਸੀਂ ਵੀ ਸ਼ਾਇਦ ਲੈ, ਕਿਉਂ ਖੇਤੀ ਤਾਂ ਜੱਟ ਨੂੰ ਛੱਡਦੇ ਨਹੀਂ, ਜੱਟ ਖੇਤੀ ਨੂੰ ਛੱਡਦਾ। ਓਕੇ, ਜਿਉਂਦੇ ਰਹੋ, ਰੱਜ ਕੇ ਪਿਆਰ ਸਾਰਿਆਂ ਨੂੰ। ਇਜਾਜ਼ਤ ਚਾਹੁੰਦਾ ਇਹਨਾਂ ਨੇ, ਹੁਣ ਅੱਗੇ ਹੋਰ ਕਿਤੇ ਜਾਣਾ, ਤੀਜੀ ਸ਼ੂਟਿੰਗ ਹੋਰ ਹੈ।